ਅੱਜ ਦੇਸ਼ ਆਜ਼ਾਦੀ ਦਾ ਅੰਮ੍ਰਿਤ ਮਹੋਤਸਬ ਦਾ 75ਵਾਂ ਬੜਾ ਮਨਾ ਕਰਦਾ ਹੈ ਭਾਰਤ ਕਿਸ ਚਾਲੀ ਦਾ ਭਾਰਤ ਹੋ ਹੈ ਇਹਦੀ ਕਲਪਨਾ ਅੱਜ ਗ੍ਰਾਂਚ ਰੋਣੇ ਵਾਲੇ ਉਹਨੇ ਲੋਕ ਸਭਾ ਪੁੱਛੋ ਜਿਹੜੇ ਪੁਸ਼ਤਦਰ ਪੁਸ਼ਤ ਇੱਕ ਗੈ ਜਾਇਦਾਦ ਪੁਰਾਣੀ ਜਾਇਦਾਦ ਚ ਰਵਾ ਕਰ ਦੇਣ ਘਰੇ ਚ ਹੂਆ ਓਨਿੰਗੀ ਆਪਣੇ ਘਰੇ ਦਾ ਸਵਾਮਿਤਵ ਦਾ ਅਧਿਕਾਰ ਪੂਰੀ ਚਾਲੀ ਨਹੀਂ ਹਸ ਲੋਆ ਉन्हा ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨਦੀ ਸੋਚਨੇ ਪੰਚਾਇਤੀ ਰਾਜ ਦਿਹਾੜਾ 24 ਅਪ੍ਰੈਲ 2020 ਦੀ ਇੱਕ ਸਵਾਬ ਮਿੱਤਵ ਯੋਜਨਾ ਸ਼ੁਰੂ ਕੀਤੀ ਤੇ ਇਸ ਯੋਜਨਾ ਦੇ ਤਹਿਤ ਅੱਜ ਦੇ ਸੱਚ ਉਹਨੇ ਲੋਕਾਂ ਦੇ ਜਿਹੜੇ ਬਰੇ ਸਵਾ ਪੂਰੇ ਨਹੀਂ ਹੋਏ ਦੇ ਹੈ ਡਰੋਨ ਕੰਨਾ ਉਦੀ ਪੂਰੀ ਚਿੱਤਰ ਬਣਾਈ ਹੈ ਰਾਜ ਸਰਕਾਰ ਕੰਨਾ ਮਿਲੀ ਹੈ ਈ ਸੰਪਤੀ ਕਾਰਡ ਦਾ ਅਧਿਕਾਰ ਥੁਆ ਛੜਾ ਅਧਿਕਾਰ ਨਹੀਂ ਥੁਆ ਸਗੂਆ ਉਹ ਇੱਕ ਮੀਲ ਦਾ ਪੱਥਰ ਸਾਬਤੋ ਆ ਜੀਵਨ ਚ ਉਹ ਮੀਲ ਦਾ ਪੱਥਰ ਸ਼ਹਿਰ ਚ ਰੋਣੇ ਵਾਲੇ ਸਾੜੇ ਮਕਾਨ ਜਾਇਦਾਦ ਸਾੜਾ ਹੁੰਦਾ ਤੇ ਬੈਂਕ ਵੀ ਉਹਦੇ ਉੱਪਰ ਕਰਜ਼ਾ ਦਿੰਦਾ ਉਹਾਂ ਗ੍ਰਾਂਚ ਸਾੜੇ ਘਰ ਤੇ ਹੁੰਦੇ ਏ ਉਹਾਂ ਉਹਦੇ ਉੱਪਰ ਬੈਂਕ ਕਰਜ਼ਾ ਨਿਹਾਂ ਦਿੰਦਾ ਜੇਲੇ ਈ ਸੰਪਤੀ ਕਾਰਡ ਆਸੇਂਗੀ ਰਾਜ ਸਰਕਾਰ ਤੇ ਕੇਂਦ ਸਰਕਾਰ ਦੋਨੇ ਦੇ ਸਹਿਯੋਗ ਕਰਨੇ ਜਿਲ੍ਹਾ ਥੋਆ ਤਾਂ ਆਸੇਂਗੀ ਬੈਂਕ ਵੀ ਹੁਣ ਕਰਜ਼ਾ ਦੇਣੇ ਲਈ ਤਿਆਰ ਹੈ। ਉਹ ਆਖਿਆ ਜੇ ਨਰਿੰਦਰ ਮੋਦੀ ਉਹਦੀ ਸੋਚ ਦੀ ਵਜ੍ਹਾ ਕਰਨਾ ਹੁਣ ਲੋਕਾਂ ਕੀ ਸਵਾਮਿਤਵ ਈ ਮਾਲਕਾਨਾ ਅਕ ਦਾ ਫਾਇਦਾ ਥੋਣ ਲਗਾਇਆ ਹੈ। ਗ੍ਰਾਂਦੇ ਲੋਕ ਪੰਚਾਇਤਾਂ ਦੇ ਅੰਦਰ ਆਪਣੇ ਘਰੇ ਦੇ ਜਿਹੜੇ ਲੜਾਈ ਝਗੜੇ ਹੁੰਦੇ ਹੈ ਜਾਇਦਾਦ ਦੇ ਵਿਵਾਦ ਕੀ ਲਈ ਹੈ। ਉਹਨ ਇਹ ਬੰਦੋਈ ਗਿਦਾਇ ਹੈ ਜਿੱਥੇ ਉਹਨੇ ਕੀ ਈ ਮਾਲਕਾਨਾ ਅਕਥੋਆ ਊਣ ਪੰਚਾਇਤੇ ਦੇ ਦਖਲ ਦੀ ਲੋੜ ਨਹੀਂ ਹੈ ਊਣ ਉਹਦੇ ਜੀਵਨ ਚ ਇੱਕ ਨਵੀਂ ਰੋਸ਼ਨੀ ਆਈ ਹੈ ਜਾਇਦਾਦ ਵਾਲਾ ਕਾਰ ਦਸੀ ਹੈ ਬੈਂਕੇ ਸਵਾ ਕਰਜ਼ੇ ਲੈ ਕਰਦੇ ਨੇ ਆਪਣੇ ਅਧਿਕਾਰ ਦੇ ਕੰਨੈ ਆਪਣੀ ਜਾਇਦਾਦ ਦੀ ਪਰਮਾਰਜਿਤ ਕਰਾ ਕਰ ਦੇਣ ਆਪਣੀ ਜਾਇਦਾਦ ਦੀ ਆਪਣੇ ਟੰਗੇ ਕੰਨੈ ਸਜਾ ਕਰ ਦੇਣ ਇਹ ਇੱਕ ਨਵੀਂ ਸੋਚ ਦੇ ਕੰਨੇ ਜ਼ਿੰਦਗੀ 'ਚ ਇੱਕ ਨਵੀਂ ਸ਼ੁਰੂਆਤ ਕਰਨੇ ਦਾ ਮੌਕਾ ਥੋ ਆਇਆ ਹੈ ਸਵਾਮਿਤਵ ਯੋਜਨਾ ਆਈ ਤੇ ਡਰੋਨ ਦਾ ਇਸਤੇਮਾਲ ਹੋਆ ਅੱਜ ਦੇਸਾ 'ਚ ਐਵੀਏਸ਼ਨ ਮੈਕਮੇ ਨੇ ਥੰ ਰੋਜਾ ਡਰੋਨ ਦੀ ਪ੍ਰਦਰਸ਼ਨੀ ਵੀ ਲਾਈ ਤੇ ਦੱਸਣੇ ਦੀ ਕੋਸ਼ਿਸ਼ ਕੀਤੀ ਜੇ ਇਹ ਤਕਨੀਕੀ ਕੋਰਸ ਜਿਹੜਾ ਕੰਟੀਨਿਊਸ ਰੈਫਰੈਂਸ ਆਪਰੇਟਿੰਗ ਸਿਸਟਮ ਜਾਨੀ ਕੋਰਸ ਦੇ ਜਰੀ ਹੈ ਸਰਕਾਰ ਆਪਣੀ ਯਾਨੀ ਜਾਇਦਾਦ ਦੇ ਅਧਿਕਾਰਾਂ ਦਾ ਰਿਕਾਰਡ ਡਿਜੀਟਲ ਮੈਪਿੰਗ ਦਾ ਵੱਡਾ ਕਦਮ ਸਵਾਮਿੱਤਵ ਯੋਜਨਾ ਦੇ ਤਹਿਤ ਸ਼ੁਰੂ ਕੀਤਾ ਹੈ ਪੰਚਾਇਤਾਂ ਚ ਮੌਸਮ ਵਾਲੇ ਮਹਿਕਮੇ ਕੰਨੈਰਲੀ ਹੈ ਇੱਕ ਐਪ ਵੀ ਤਿਆਰ ਕਰਨ ਦੀ ਗੱਲ ਹੋਗ ਜਿਹੜੀ ਉਹ ਨਰੇਡੀਓ ਜਾਂ ਟੈਲੀਵਿਜ਼ਨ ਕੁਸੇ ਦੇ ਬਦਲੇ ਆਪਣੀ ਗਹਿ ਪੰਚਾਇਤ ਚ ਇੱਕ ਐਪ ਦੇ ਰਾਹ ਮੌਸਮ ਦਾ ਬਿਉਰਾ ਵੀ ਆਗ ਜਿਹੜੇ ਗ੍ਰਾਂਚ ਰੋਣੇ ਵਾਲੇ ਲੋਕਨ ਉੰਦੇ ਜੀਵਨ ਚ ਇੱਕ ਵੱਡੀ ਤਬਦੀਲੀ ਲਿਆਗ ਸਵਾਮਿਤਵ ਛੜਾ ਉੰਦੇ ਅਧਿਕਾਰ ਗੈ ਲਈ ਨਹੀਂ ਸਗੂਆ ਗਰੀਬੇਂ ਕੀ ਇੱਕ ਨਿਆਵੀ ਦੁਆਨੇ ਦਾ ਮਾਰਗ ਹੋਗ ਕਿ ਜੇ ਲੋਕ ਸੱਬਨੇਂ ਕੀ ਨਿਕਾਰੀ ਸਕਦੇ ਨਾ ਉਹਾਂ ਸਵਾਮਿਤਵ ਦੇ ਤਹਿਤ ਈ ਡਿਜੀਟਲ ਜਿਹੜਾ ਜਾਇਦਾਦ ਦਾ ਕਾਰਡ ਉਹਨੇ ਕੀ ਥੋਗ ਉਹ ਨਹੀਂ ਨਿਕਾਰੀ ਸਕਦੇ ਉਹ ਤੇ ਨਵੀਂ ਸ਼ੁਰੂਆਤ ਇਹਦੇ ਚ ਓਗ ਓਗ ਸਰਵਿਸ ਸੈਕਟਰ ਅੱਜ ਜੇਕਰ ਡਰੋਨ ਦੇ ਰਾਹੀਂ ਕੋਸੇਂਗੀ ਦਵਾਈ ਪਜਾਨੀ ਹੈ ਉਹ ਉਦਿੱਕਰ ਹੈ ਥੋੜੀ ਇੱਕਦਮ ਉਹਦੇ ਦਰਵਾਜ਼ੇ ਥੋੜੀ ਪੁੱਜੀ ਜਾਗ ਕਿ ਜੇ ਇਹ ਡਾਟਾ ਇੱਕ ਐਡਾ ਵੱਡਾ ਡਾਟਾ ਓਗ ਮੁਲਖਿਆ ਦੇ ਅੰਦਰ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰਗ ਸਵਾਮਿੱਤਵ ਯੋਜਨਾ ਪਜਾਣੇ ਦਾ ਅਸਾਂ ਲਕਸ਼ਬੀ ਤੈਅ ਕੀਤੇ ਦਾ ਹੈ ਕਿ ਅਸ ਇਸੀ ਅੰਮ੍ਰਿਤ ਮਹੋਤਸਵ ਦੇ ਮੌਕੇ ਪਰ ਅਸ ਦੇਸ਼ ਦੇ ਹਰ ਗ੍ਰਾਂ ਤੋੜੀ ਪੁਜਨੇ ਤੋੜੀ ਦੀ ਕਾਰਵਾਈ ਕਰਾ ਕਰਨੇ ਆ ਤੇ ਸਵਾਮਿਤਵ ਕੀ ਲਈ ਹੈ ਪਰੇਸ਼ਾਨ ਨਹੀਂ ਹੈ ਉਹ ਕੋਸੇ ਕੀ ਡਰਨੇ ਦੀ ਲੋੜ ਨਹੀਂ ਹੈ ਇਹ ਸਵਾਮਿਤਵ ਤੁੰਦੇ ਜੀਵਨ ਚ ਪਾਰਦਰਸ਼ਿਤਾ ਲਿਆਗ ਤੁੰਦੇ ਜੀਵਨ ਚ ਖੁਸ਼ਹਾਲੀ ਲਿਆਗ ਮੋਦੀਓਂ ਦਾ ਸੁਖ ਨਾ ਹੈ ਗ੍ਰਾਂ ਹੋਣ ਵਿਵਾਦ ਸਵਾ ਮੁਕਤ ਤੇ ਵਿਵਾਦ ਦੇ ਸਵਾ ਮੁਕਤ ਰਹਿਣ ਲਈ ਇਹ ਸਵਾਮਿਤਵ ਸਵਾ ਵੱਡਾ ਔਰ ਕੋਈ ਉਪਾਅ ਨਹੀਂ ਹੋਗ ਜਿਹਦੇ ਕੰ内 ਵਿਵਾਦ ਸਵਮੁਖਤ ਉਹਨਾਂ ਉਹਨਾਂ 24 ਅਪ੍ਰੈਲ 2022 ਦੀ ਮੋਦੀ ਉਹਨਾਂ ਜੰਮੂ ਕਸ਼ਮੀਰ ਸਮਾ ਜਿਹੜਾ ਕਿ ਸਵਾਮਿਤਵ ਕੀ ਲਈ ਹੈ ਲੋਕਾਂ ਕੀ ਈ-ਕਾਰ ਦਿੱਤੇ ਜ਼ਮੀਨ ਦੇ ਈ-ਕਾਰ ਦਿੱਤੇ ਇਹ ਵੀ ਤਕਨੀਕੀ ਹੈ ਆਉ ਸਮਝਣਾ ਜੇ ਅੱਜ ਦੇਸ਼ਾਂ ਦੇ ਅੰਦਰ ਦੇਸ਼ਾਂ ਚ ਸੱਬੇ ਲੋਕ ਇਹਦੀ ਸراہਨਾ ਕਰਾ ਕਰਦੇ ਨੇ ਦੁਨੀਆ ਚ ਉਹ ਨਹੀਂ ਇਹਦੇ ਉੱਪਰ ਕੋਈ ਵਿਵਾਦ ਕਰਨਾ ਹੂੰਗਾ ਦੁਨੀਆ 'ਚ ਇਹ ਪਹਿਲ ਤਾਂ ਅਜਪਾਰਤ ਲਈ ਚਵਾਤਿਆਂ ਚ ਪਾਣੀ ਆਲੀ ਪਹਿਲ ਐ ਤੇ ਆਉ ਅਸ ਸੱਭੈ ਰਲੀ ਐ ਮੋਦੀੁਰ ਜਿਹੜਾ ਗ੍ਰਾਂਡ ਦੀ ਖੁਸ਼ਹਾਲੀ ਦਾ ਸੁਖਨਾ ਦਿਖੇਦਾ ਐ ਜ਼ਵਾਬ ਮਿੱਤਵ ਦੇ ਮਾਧਿਅਮ ਕੰਨੈ ਇਹ ਡਿਜੀਟਲ ਜਿਹੜਾ ਸੰਪਤੀ ਕਾਰਡ ਹੋਗ ਇਹਦੇ ਮਾਧਿਅਮ ਕੰਨੈ ਇੱਕ ਖੁਸ਼ਹਾਲ ਗ੍ਰਾਂ ਇੱਕ ਰੋਜ਼ਗਾਰ ਯੁਕਤ ਗ੍ਰਾਂ ਇੱਕ ਵਿਵਾਦ ਰਹਿਤ ਗ੍ਰਾਂ ਉਸ ਗ੍ਰਾਂ ਦੀ ਕਲਪਨਾ ਕਰੋ ਤੇ ਇਹ ਸਵਾਮਿੱਤਵ ਆਪਣੇ ਆਪੇ ਚ ਪੂਰੇ ਦੇਸ਼ਾ ਚ ਇੱਕ ਮਿਸਾਲ ਪੇਸ਼ ਕਰਗ ਤੇ ਕਰਾ ਦੀ ਵੀ ਹੈ